मैडम हांजी सत श्रीकाल जी सत श्रीकाल सारे सारे व्यूअर्स नू सत श्रीकाल सारयां नू रखड़ी दे तुहाडे सुझा ले सी एज अ सिंगल चाइल्ड हांजी अज सब तो पहला हैप्पी इंडिपेंडेंस डे ते सुझा लेने सो सब तो पहला हैप्पी इंडिपेंडेंस डे जिहड़े मना रहे ने हैप्पी इंडिपेंडेंस डे जिहड़े मना रहे ने हांजी ते सवाल तुहाडे लई बी सवाल बहुत हुंदे ने इंडिया हांजी अज हैप्पी इंडिपेंडेंस डे है कि नहीं हैप्पी है कि नहीं डिपेंड करता है कि आपा ए सवाल ਕਿਨੂੰ ਪੁੱਛ ਰਹੇ ਆ ਤੇ ਕਿਦੇ ਮੈਂ ਤੁਹਾਨੂੰ ਪੁੱਛ ਰਿਹਾ ਦੇਖੋ ਵੀ ਮੇਰੇ ਲਈ ਨਾ ਪੂਰੀ ਤਰ੍ਹਾਂ ਇੰਡੀਪੈਂਡੈਂਟ ਹੈ ਨਾ ਪੂਰੀ ਤਰ੍ਹਾਂ ਗੁਲਾਮ ਆ ਅੱਛਾ ਕਿਦਾਂ ਐਲੈਬੋਰੇਟ ਕਰੋ ਮੈਂ ਇਸ ਕਰਕੇ ਐਲੈਬੋਰੇਟ ਕਰ ਰਹੀ ਆ ਹੁਣ ਕਿਉਂਕਿ ਮੈਂ ਇੱਕ ਫੀਮੇਲ ਆ ਇੱਕ ਔਰਤ ਆ ਹੈਨਾ ਓਕੇ ਤੇ ਇਸ ਕਰਕੇ ਮੇਰਾ ਥੋੜਾ ਜਿਹਾ ਪੱਖ ਔਰਤ ਵੱਲ ਥੋੜਾ ਭਾਰੀ ਹੋਊਗਾ ਜਿੱਦਾਂ ਤੁਸੀਂ ਜਵਾਬ ਦੇਣਾ ਚਾਹੋ ਉਦਾਂ ਦੋ ਔਰਤ ਦੇ ਪੱਖ ਤੋਂ ਦੇਣਾ ਚਾਹੋ ਮੈਂ ਤੁਹਾਨੂੰ ਸਵਾਲ ਓਪਨ ਪੁੱਛਿਆ ਤੁਸੀਂ ਜਿੱਦਾਂ ਜਵਾਬ ਦੇਣਾ ਚਾਹੋ ਤੇ ਮੈਨੂੰ ਇਹ ਲੱਗਦਾ ਹੈ ਕਿ ਮਤਲਬ ਡਿਪੈਂਡ ਕਰਦਾ ਹੈ ਕਿ ਇੱਕ ਔਰਤ ਜਾਂ ਇੱਕ ਕੁੜੀ ਕਿਹੜੇ ਘਰ ਦੇ ਵਿੱਚ ਜਨਮ ਲੈਂਦੀ ਆ ਉਹ ਘਰ ਦੇ ਵਿੱਚ ਕੀ ਕੀ ਮਤਲਬ ਰੂਲਸ ਨੇ ਰੈਗੂਲੇਸ਼ਨਸ ਨੇ ਜਾਂ ਕਿੰਨੇ ਉਹਦੇ ਰਾਈਟਸ ਨੇ ਫਿਰ ਘਰ ਤੋਂ ਬਾਹਰ ਜਦ ਦੇਖੀਏ ਫਿਰ ਉਹ ਡਿਪੈਂਡ ਕਰਦਾ ਹੈ ਕਿ ਉਹ ਕਿਹੜੇ ਏਰੀਆ 'ਚ ਰਹਿੰਦੀ ਆ ਓਕੇ ਕਿਹੜੀ ਲੋਕੈਲਿਟੀ 'ਚ ਰਹਿੰਦੀ ਆ ਓਕੇ ਕਿਹੜੀ ਕਮਿਊਨਿਟੀ 'ਚ ਰਹਿੰਦੀ ਆ ਵੀ ਉੱਥੇ ਉਹਦੇ ਲਈ ਕੀ ਕਾਇਦੇ ਨੇ ਜਾਂ ਕੀ ਉਹਦੇ ਲਈ ਰਾਈਟਸ ਨੇ Rights versus rules. ਹਾਂਜੀ rights versus rules. ਫਿਰ ਡਿਪੈਂਡ ਕਰਦਾ ਆ ਕਿ ਉਹ ਔਰਤ ਜਿਹੜੀ ਆ ਕੱਲੀ ਇੰਡੀਆ ਚ ਰਹਿੰਦੀ ਆ ਕਿ ਉਹ ਬਾਹਰ ਰਹਿੰਦੀ ਆ ਉਹਦੇ ਵਿੱਚ ਔਰਤ ਤੇ ਆਦਮੀ ਦੋਨੋਂ ਹੀ ਆ ਜਾਂਦੇ ਨੇ ਵੈਸੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸੋ ਗੁੱਡ ਥਾਟ ਹਾਂ ਸੋ ਪਹਿਲਾਂ ਤੁਸੀਂ ਔਰਤ ਪੱਖੋਂ ਇੰਡੀਪੈਂਡੈਂਸ ਦਾ ਜਵਾਬ ਦੇ ਰਹੇ ਹੋ ਹਾਂਜੀ ਤੇ ਕਹਿ ਰਹੇ ਹੋ ਵੀ ਸਭ ਤੋਂ ਪਹਿਲਾਂ ਔਰਤ ਦੀ ਇੰਡੀਪੈਂਡੈਂਸ ਤੁਸੀਂ ਕਹਿੰਦੇ ਹੋ ਇੰਡੀਆ ਦੇ ਘਰ ਦੇ ਵਿੱਚ ਡਿਸਾਈਡ ਹੁੰਦੀ ਆ ਵੀ ਕਿੱਥੇ ਹੁੰਦੀ ਆ ਇਹਦੀ ਐਗਜ਼ਾਮਪਲ ਵੀ ਲਾਈਕ ਕਿਹੜੀ ਔਰਤ ਇੰਡੀਪੈਂਡੈਂਟ ਹੋਊਗੀ ਕਿਹੜੀ ਨਹੀਂ ਹੋਊਗੀ ਉਹ ਦੱਸੋ ਓਕੇ ਮੇਰਾ ਕਹਿਣ ਦਾ ਪੱਖ ਹੈ ਆ ਕਿ ਜੇ ਇੱਕ ਕੁੜੀ ਇਦਾਂ ਦੇ ਘਰ ਚ ਬੋਰਨ ਹੁੰਦੀ ਹੈ ਜਿੱਥੇ ਕੁੜੀਆਂ ਨੂੰ ਓਨੀ ਹੀ ਇਕੁਅਲ ਓਪਰਚੁਨਿਟੀਜ਼ ਮਿਲਦੀਆਂ ਨੇ ਜਿੰਨੀਆਂ ਇੱਕ ਮੁੰਡੇ ਨੂੰ ਮਿਲਦੀਆਂ ਨੇ ਤੇ ਉਹਦਾ ਉਹ ਟਾਈਮ ਮਤਲਬ ਐਜੂਕੇਸ਼ਨ ਤਾਂ ਉੱਥੇ ਇੰਡੀਪੈਂਡੈਂਟ ਸੀ ਇੰਡੀਪੈਂਡੈਂਟ ਲਾਈਫ ਤੁਸੀਂ ਇੰਡੀਪੈਂਡੈਂਟ ਸੀ ਕਿ ਨਹੀਂ ਉੱਥੇ ਮੈਂ ਇੰਡੀਪੈਂਡੈਂਟ ਸੀ ਓਕੇ ਸੋ ਤੁਸੀਂ ਘਰ ਚ ਇੰਡੀਪੈਂਡੈਂਟ ਸੀ ਪਰ ਮਤਲਬ ਜੋ ਮੈਨੂੰ ਇਹ ਪਤਾ ਕਿ ਮੇਰੇ ਜੋ ਕਜ਼ਨਸ ਸੀਗੇ ਬ੍ਰਦਰਸ ਉਹਨਾਂ ਨੂੰ ਜੋ ਰੂਲਸ ਫੋਲੋ ਕਰਨੇ ਪੈਂਦੇ ਸੀ ਮੈਨੂੰ ਵੀ ਐਗਜ਼ੈਕਟਲੀ ਉਹੀ ਰੂਲ ਸੀਗੇ ਮੇਰੇ ਕੋਈ ਅਲੱਗ ਨਹੀਂ ਸੀ ਵੀ ਕੁੜੀਆਂ ਮੁੰਡੇ ਨਾਲ ਓਕੇ ਵੈਰੀ ਗੁੱਡ ਪੁਆਇੰਟ ਸੋ ਘਰ ਦੇ ਵਿੱਚ ਇੰਡੀਪੈਂਡੈਂਸ ਬਹੁਤ ਹਾਂਜੀ ਡਿਸਾਈਡ ਕਰਦੀ ਆ ਤੇ ਦੂਜੇ ਘਰ ਕਿਹੜੇ ਹੁੰਦੇ ਜਿੱਥੇ ਨਹੀਂ ਮਿਲਦੀ ਉਹ ਕਿਹੋ ਜਿਹਾ ਘਰ ਹੁੰਦਾ ਹਾਂ ਉਹਦੇ 'ਚ ਮੈਂ ਇਹ ਕਹਿਣਾ ਚਾਹੁੰਦਾ ਉਸ ਕਰਕੇ ਉਹ ਕੁੜੀ ਦੀ ਮਤਲਬ ਜਦ ਅਪਬ੍ਰਿੰਗਿੰਗ ਹੁੰਦੀ ਆ ਉਹਨੂੰ ਇਹ ਲੱਗਦਾ ਹੀ ਨਹੀਂ ਕਿ ਹਾਂ ਜੀ ਉਹ ਅਲੱਗ ਮਤਲਬ ਮੁੰਡੇ ਤੋਂ ਕੋਈ ਡਿਫਰੈਂਟ ਆ ਜਾਂ ਗੁਲਾਮ ਆ ਜਾਂ ਸਮਾਜ ਦੀ ਗੁਲਾਮ ਆ ਕਿਉਂਕਿ ਆਪਣੇ ਘਰ 'ਚ ਉਹ ਕਿੰਗ ਜਾਂ ਕੁਈਨ ਵਾਂਗੂ ਰਹਿੰਦੀ ਓਕੇ ਪਰ ਕਈ ਵਾਰ ਇਹ ਹੁੰਦਾ ਆ ਉਹ ਆਪਣੇ ਘਰ 'ਚ ਤੇ ਰਹਿੰਦੀ ਆ ਹਾਂ ਜਦੋਂ ਹਲੇ ਵਿਆਹ ਤੋਂ ਪਹਿਲਾਂ ਦੀ ਗੱਲ ਕਰ ਰਹੀ ਹਾਂ ਜਦੋਂ ਆਪਣੇ ਘਰ ਤੋਂ ਬਾਹਰ ਨਿਕਲਦੀ ਆ ਸਕੂਲ ਤੋਂ ਸ਼ੁਰੂ ਕਰ ਲਓ ਹਨਾ ਸਕੂਲ ਤੋਂ ਸ਼ੁਰੂ ਕਰ ਲਓ ਕਈ ਵਾਰ ਸਕੂਲ ਦੇ ਵਿੱਚ ਜਿਹੜੇ ਸਕੂਲਾਂ 'ਚੋਂ ਜਾਂਦੀ ਆ ਉੱਥੇ ਹੋਰ ਬੱਚੇ ਆਉਂਦੇ ਨੇ ਉਹ ਕਈ ਉਹਦੀ ਆਪਣੀ ਸਹੇਲੀਆਂ ਹੁੰਦੀਆਂ ਨੇ ਜਿੱਥੇ ਉਹ ਮਤਲਬ ਪੂਰਾ ਫਰੀਡਮ ਫੁੱਲ ਫਰੀਡਮ ਨਾਲ ਜਿਵੇਂ ਕਲਾਸ ਜਾ ਕੇ ਬਹਿਣਾ ਚਾਹੁੰਦੀ ਹੈ ਇੱਥੇ ਬਹਿਣਾ ਚਾਹੁੰਦੀ ਹੈ ਉੱਥੇ ਬਹਿਣਾ ਚਾਹੁੰਦੀ ਹੈ ਇੱਥੇ ਖੜੇ ਹੋ ਕੇ ਗੱਲਾਂ ਕਰਨ ਜਾਂਦੀ ਹੈ ਕਈ ਉਹਦੀ ਫਰੈਂਡਸ ਕਹਿੰਦੀ ਨਹੀਂ ਨਹੀਂ ਯਾਰ ਯੂ ਨੋ ਉੱਥੇ ਓਕੇ ਸੋ ਘਰ ਤੋਂ ਬਾਅਦ ਜਿਹੜਾ ਸਮਾਜ ਆ ਕਈ ਵਾਰੀ ਉੱਥੇ ਉਹ ਇਨਫਲੂਐਂਸ ਕਰਦਾ ਉਹਦੀ ਇੰਡੀਪੈਂਡੈਂਸ ਆਜ਼ਾਦੀ ਨੂੰ ਹਾਂ ਉਹਦੀ ਆਜ਼ਾਦੀ ਨੂੰ ਓਕੇ ਉਹ ਕਹਿੰਦੀ ਆ ਨਹੀਂ ਨਹੀਂ ਉੱਥੇ ਨਹੀਂ ਬਹਿਣਾ ਉੱਥੇ ਉਹ ਮੁੰਡੇ ਬੈਠੇ ਨੇ ਜਾਂ ਉੱਥੇ ਉਹ ਟੀਚਰ ਮਨਾ ਕਰਦੇ ਆ ਲੋਕੀ ਕਹਿਣਗੇ ਟੀਚਰ ਕੀ ਕਹਿਣਗੇ ਸਕੂਲ ਦੇ ਰੂਲਸ ਨੇ ਇਹਦੇ ਕੱਪੜੇ ਪਾ ਕੇ ਨਹੀਂ ਜਾਂ ਮੇਰੇ ਡੈਡੀ ਮੈਨੂੰ ਇੰਨੇ ਮਤਲਬ ਉਹ ਨਹੀਂ ਕਰਦੇ ਇੰਨੇ ਵਜੇ ਨਹੀਂ ਜਾਣ ਦਿੰਦੇ ਉੱਥੇ ਉਹਦੇ ਘਰ ਦਾ ਤੇ ਕਿਸੇ ਹੋਰ ਦੇ ਘਰ ਦਾ ਕਲੈਸ਼ ਹੋ ਕੇ ਉਹਦੀ ਇੰਡੀਪੈਂਡੈਂਸ ਖਤਰੇ 'ਚ ਆ ਜਾਂਦੀ ਇੰਡੀਪੈਂਡੈਂਸ ਤੇ ਫਰਕ ਪੈਂਦਾ ਓਕੇ ਅੱਗੇ ਫਿਰ ਉਹਦੇ ਬਾਅਦ ਜਦ ਉਹ ਵਿਆਹ ਕੇ ਹਾਂਜੀ ਵਿਆਹ ਕਰਕੇ ਉਹ ਤੋਂ ਪਹਿਲਾਂ ਵਿਆਹ ਕਰਨ ਤੋਂ ਪਹਿਲਾਂ ਵੀ ਕਈ ਵਾਰ ਆਪਦਾ ਸਕੂਲ ਦਾ ਜਿਵੇਂ ਮੈਂ ਐਗਜ਼ਾਮਪਲ ਦਿੱਤਾ ਕਈ ਵਾਰ ਸਿਰਫ ਆਪਣੀ ਕਮਿਊਨਿਟੀ 'ਚ ਹੁੰਦੀ ਹੈ ਇਹਨੂੰ ਪਲਟ ਲਓ ਇੱਧਰ ਆਪਣੀ ਕਮਿਊਨਿਟੀ ਹੁੰਦੀ ਹੈ ਆਪਣੀ ਗਲੀ ਹੁੰਦੀ ਆ ਜਿਵੇਂ ਆਪਾਂ ਗਲੀਆਂ 'ਚ ਰਹਿੰਦੇ ਹਾਂ ਮੁਹੱਲੇ 'ਚ ਰਹਿੰਦੇ ਹਾਂ ਹੈਨਾ ਜੇ ਤੇ ਉਹ ਕੁੜੀ ਆਪਣੇ ਉਹਦੇ ਮਾਂ ਪਿਓ ਨਹੀਂ ਕੁਛ ਕਹਿੰਦੇ ਉਹਦੇ ਭਾਈ ਕੁਛ ਨਹੀਂ ਕਹਿੰਦੇ ਕਿ ਬਈ ਤੂੰ ਜੀਨਸ ਪਾਉਣੀਆਂ ਨੇ ਜੀਨਸ ਪਾ ਜੀਨਸ ਮੈਂ ਥੋੜਾ ਜਿਹਾ ਮਤਲਬ ਕਲੀਨ ਰੱਖ ਰਹੀ ਹਾਂ ਬਈ ਤੂੰ ਬਾਹਰ ਜਾਣਾ ਹੈ ਜੀਨਸ ਪਾ ਕੇ ਜਾ ਵੀ ਸਾਨੂੰ ਵੱਲੋਂ ਕੋਈ ਨਹੀਂ ਵੀ ਇਸ ਵਾਰ ਤੂੰ ਸੋਬਰ ਡਰੈਸ ਕੀਤੀ ਹੋਈ ਕੋਈ ਗੱਲ ਨਹੀਂ ਸੋਬਰਲੀ ਉਹਨਾਂ ਦੀ ਡੈਫੀਨੇਸ਼ਨ ਸੋਬਰ ਦੀ ਡਿਫਰੈਂਟ ਆ ਉਹਦੇ ਘਰ 'ਚ ਉਹੀ ਸੋਬਰ ਦੀ ਬਾਹਰ ਦੇ ਲੋਕਾਂ ਦੀ ਮੁਹੱਲੇ ਦੀ ਲੋਕਾਂ ਲਈ ਡਿਫਰੈਂਟ ਹੈ ਉੱਥੇ ਜਾ ਕੇ ਉਹ ਗੁਲਾਮ ਹੋ ਗਈ ਚਾਹੇ ਅੰਕਲ ਹੋਣ ਚਾਹੇ ਹੋਰ ਮੁੰਡੇ ਹੋਣ ਜਾਂ ਹੋਰ ਕੁੜੀਆਂ ਵੀ ਹੋਣ ਮਤਲਬ ਉਹਦੀ ਰੈਪੂਟੇਸ਼ਨ ਉਹਦਾ ਇੱਕ ਕੈਰੇਕਟਰ ਅਲੱਗ ਬਣਾਉਂਦੇ ਨੇ ਬਾਹਰ ਬਣਾ ਦਿੰਦੇ ਨੇ ਤੇ ਉੱਥੇ ਜੱਜਮੈਂਟ ਦਾ ਗੁਲਾਮ ਹੋ ਸਕਦੀ ਹੈ ਹਾਂਜੀ ਉੱਥੇ ਉਹ ਜੱਜਮੈਂਟ ਤੇ ਉਹ ਫੀਲ ਵੀ ਕਰੂਗੀ ਹਾਂਜੀ ਉਹ ਵੀ ਫੀਲ ਵੀ ਕਰੂਗੀ ਓਕੇ ਇੱਥੇ ਮੈਂ ਐਡ ਕਰਨਾ ਚਾਹੁੰਦੀ ਹਾਲੇ ਬਹੁਤ ਕੁਝ ਜਾਵੇ ਕਹਿਣਾ ਉਹ ਮੈਂ ਪੰਗਾ ਹੀ ਲੈ ਲਿਆ ਇੱਥੇ ਮੈਂ ਕਹਿੰਦੀ ਨੇ ਅੱਛਾ ਹੁਣ ਆ ਗਏ ਆਪਾਂ ਇਹ ਮੈਂ ਗੱਲ ਕਰ ਰਹੀ ਹਾਂ ਜਦ ਮੈਂ ਸਕੂਲ 'ਚ ਸੀ ਹਾਂ ਹੈਨਾ ਹੁਣ ਮੈਂ ਗੱਲ ਪਹੁੰਚ ਗਈ ਆ ਜਦ ਮੈਂ ਹੁਣ ਜਿਵੇਂ ਮੇਰਾ ਪ੍ਰੋਫੈਸ਼ਨ ਹਾਲੇ ਵੀ ਉਸ ਲਾਈਨ ਦੇ ਵਿੱਚ ਹੀ ਆ ਇੱਥੇ ਮੈਂ ਗੱਲ ਕਰ ਰਹੀ ਹਾਂ ਹੁਣ
ਵੀ ਪਹਿਲਾਂ ਤੇ ਇਹ ਗੱਲ ਸਿਰਫ ਉੱਥੇ ਤੱਕ ਸੀਗੀ ਜਿੱਥੇ ਉਹ ਕੁੜੀ ਫਿਜ਼ੀਕਲੀ ਆ ਜਾਂਦੀ ਸੀਗੀ ਹੁਣ ਵਰਚੁਅਲ ਵਰਲਡ ਚ ਵੀ ਆ ਗਿਆ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਚ ਆ ਗਿਆ ਹਾਂ ਵੀ ਫੋਟੋ ਪਾਉਂਦੀ ਹੈ ਫੋਟੋ ਪਾਤੀ ਹੈਨਾ ਹੁਣ ਜਿਹੜੇ ਲੋਕ ਉਹਨੂੰ ਨਹੀਂ ਵੀ ਜਾਣਦੇ ਦੂਰ ਦੂਰ ਦਾ ਕੋਈ ਰਿਸ਼ਤਾ ਨਹੀਂ ਈਵਨ ਦੂਸਰੇ ਕੰਟਰੀਜ਼ ਦੇ ਵੀ ਉਹਨਾਂ ਨੇ ਜੱਜ ਕਰਨਾ ਸ਼ੁਰੂ ਕਰਤਾ ਸਕੂਲ ਦੇ ਟਾਈਮ ਤੋਂ ਹੀ ਅੱਗੇ ਤਾਂ ਸਿਰਫ ਸਕੂਲ ਦੇ ਰਸਤੇ ਦੇ ਵਿੱਚ ਹੁੰਦਾ ਸੀ ਮੁਹੱਲੇ ਦੇ ਵਿੱਚ ਹੁੰਦਾ ਸੀ ਹਾਂ ਜਿਵੇਂ ਕਈ ਵਾਰ ਬੱਚੇ ਜੇ ਉਹਦੀ ਆਪਣੀ ਆਈਡੀ ਨਹੀਂ ਵੀ ਹੈਗੀ ਜੇ ਉਹਦੇ ਫਾਦਰ ਨੇ ਬਣਾਈ ਹੋਈ ਆਈਡੀ ਆ ਉਹਦੇ ਕਿਸੇ ਬ੍ਰਦਰ ਨੇ ਬਣਾਈ ਉਹਨੇ ਆਪਣੇ ਕਜ਼ਨਸ ਨਾਲ ਫੋਟੋ ਪਾ ਲਈ ਪਿੱਛੇ ਲੋਕਾਂ ਨੇ ਜੱਜ ਕਰਨਾ ਸ਼ੁਰੂ ਕਰਤਾ ਵੀ ਇਹ ਕੁੜੀ ਉੱਥੇ ਫਰੀਡਮ ਉਹਦੀ ਖਤਰੇ ਚ ਆ ਗਈ ਇੰਡੀਪੈਂਡੈਂਸ ਖਤਰੇ ਚ ਆ ਗਈ ਕਿਉਂਕਿ ਕਿਸੇ ਹੋਰ ਦੀ ਸੋਚ ਜਿਹੜੀ ਇੰਡੀਪੈਂਡੈਂਸ ਕੁੜੀਆਂ ਪ੍ਰਤੀ ਨਹੀਂ ਹੈਗੀ ਭਾਰਤ ਦੀ ਤਾਂ ਉਹ ਉਹਦੇ ਤੇ ਓਕੇ ਹੁਣ ਇਹਦਾ ਇਫੈਕਟ ਕੀ ਹੁੰਦਾ ਹਾਂ ਇਹਦਾ ਇਫੈਕਟ ਕੀ ਹੁੰਦਾ ਇਹ ਸਾਰੀ ਹਲੇ ਵਿਆਹ ਤੋਂ ਪਹਿਲਾਂ ਦੀ ਗੱਲਾਂ ਕਰ ਰਹੇ ਹਾਂ ਹਲੇ ਵਿਆਹ ਤੱਕ ਪਹੁੰਚੇ ਨਹੀਂ ਆਪਾਂ ਹਲੇ ਵਿਆਹ ਤਾਂ ਨਹੀਂ ਪਹੁੰਚੇ ਓਕੇ ਇਹਦਾ ਇਫੈਕਟ ਕੀ ਹੁੰਦਾ ਹੁਣ ਜੇ ਤੇ ਇਹ ਵਰਚੁਅਲ ਮੀਡੀਆ ਜਿਹਨੂੰ ਆਪਾਂ ਕਈ ਵਾਰ ਬੁਲਿੰਗ ਵੀ ਕਹਿੰਦੇ ਆ ਸਾਈਬਰ ਬੁਲਿੰਗ ਵੀ ਕਹਿੰਦੇ ਆ ਜੇ ਐਕਸਟ੍ਰੀਮ ਹੋ ਜਾਵੇ ਉਹਦਾ ਇਫੈਕਟ ਜਾਂ ਤੇ ਉਹਦੇ ਆਪਣੀ ਮੈਂਟੈਲਿਟੀ ਤੇ ਪੈਂਦਾ ਜਿੱਥੇ ਉਹਦੀ ਹੁਣ ਜਿਹੜੀ ਉਹ ਆਜ਼ਾਦ ਪੰਛੀ ਸੀਗੀ ਆਪਣੇ ਆਪ ਨੂੰ ਸਮਝਦੀ ਸੀਗੀ ਹੌਲੀ 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 ਉਹਨੂੰ ਐਂ ਲੱਗਿਆ ਕਿ ਮੇਰੇ ਆਸ ਪਾਸ ਪਿੰਜਰਾ ਬਣਨਾ ਸ਼ੁਰੂ ਹੋ ਗਿਆ ਵੀ ਮੈਂ ਪਿੰਜਰੇ ਤੋਂ ਬਾਹਰ ਕਿਵੇਂ ਨਿਕਲਾਂ ਅੱਛਾ ਉਹ ਪਿੰਜਰਾ ਬਣਾਇਆ ਕਿਨੇ ਜਿਹਨਾਂ ਨੂੰ ਉਹ ਜਾਣਦੀ ਵੀ ਨਹੀਂ ਕਈ ਲੋਕ ਇੱਦਾਂ ਦੇ ਹੋਣੇ ਆ ਹਨਾ ਫਿਰ ਉਹ ਮੈਂਟਲੀ ਜਿਵੇਂ ਅੱਜ ਕੱਲ੍ਹ ਮੈਂਟਲ ਹੈਲਥ ਦੇ ਬਾਰੇ ਇੰਨਾ ਕੁਛ ਚੱਲ ਰਿਹਾ ਆ ਵੀ ਉਹ ਅਸੀਂ ਉਹਦੀ ਮੈਂਟਲ ਫਰੀਡਮ ਨੂੰ ਚੈਲੰਜ ਕਰਨ ਲੱਗ ਜਾਂਦੇ ਇੰਡੀਪੈਂਡੈਂਟ ਮੈਂਟਲੀ ਨਹੀਂ ਰਹੀ ਹੋ ਇੱਕ ਮਿੰਟ ਅੱਛਾ ਮੈਂਟਲ ਉਹਦੀ ਨਹੀਂ ਰਹੀ ਹਾਂ ਮੈਂਟਲ ਫਰੀਡਮ ਨਹੀਂ ਰਹੀ ਕਿਉਂ ਕਿਉਂਕਿ ਮੈਂਟਲ ਫਰੀਡਮ ਦੀ ਆਪਾਂ ਹੁਣ ਪਹਿਲੀ ਵਾਰੀ ਗੱਲ ਕਰ ਰਹੇ ਹਾਂ ਵੈਸੇ ਮੈਂਟਲ ਫਰੀਡਮ ਫਿਜ਼ੀਕਲੀ ਬੰਦਾ ਆਜ਼ਾਦ ਹੋਵੇ ਮੈਨੂੰ ਪਤਾ ਕਿ ਵਰਡ ਹੁੰਦਾ ਕਿ ਨਹੀਂ ਇਟਸ ਫਾਈਨ ਹਾਂ ਕੈਰੀ ਮੇਰਾ ਕਹਿਣ ਦਾ ਮਤਲਬ ਹੈ ਕਿ ਮੈਂਟਲ ਬੰਦਾ ਫ੍ਰੀ ਤਾਂ ਹੁੰਦਾ ਜਦੋਂ ਉਹਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਚਲੋ ਆਪਾਂ ਸਾਰਿਆਂ ਤੱਕ ਪਹੁੰਚਣਾ ਕਿ ਨਹੀਂ ਹੋਣਾ ਅੱਛਾ ਫਿਰ ਜਦੋਂ ਇਹ ਸਾਈਬਰ ਬੁਲਿੰਗ ਜੇ ਉਹਦੇ ਭਾਈ ਨੇ ਦੇਖ ਲਈ ਜੇ ਉਹਦੇ ਪਿਓ ਨੇ ਦੇਖ ਲਈ ਉਹਦੀ ਮਾਂ ਨੇ ਦੇਖ ਲਈ ਉਹਦੇ ਰਿਸ਼ਤੇਦਾਰ ਨੇ ਉਹਨਾਂ ਨੇ ਕੀ ਕਰਨਾ ਲਾਅ ਚੇਂਜ ਕਰ ਦੇਣਾ ਪਹਿਲਾਂ ਭਾਵੇਂ ਹੋਈ ਓ ਵਾਓ ਵੈਰੀ ਨਾਈਸ ਹਾਂ ਇਹ ਵੀ ਉਹਦੀ ਇੰਡੀਪੈਂਡੈਂਸ ਜਿਹੜੀ ਪਹਿਲੇ ਸੀਗੀ ਜਿਹੜੀ ਘਰ ਤੇ ਮੁਹੱਲੇ ਦੇ ਵਿੱਚ ਸ਼ਾਇਦ ਹੋਵੇ ਹਾਂ ਹਾਂ ਹਲੇ ਸਿਰਫ ਪਰ ਵਰਚੁਅਲ ਵਰਲਡ ਨੇ ਖਰਾਬ ਕਰਤੀ ਉਹਦੀ ਵਰਚੁਅਲ ਵਰਲਡ ਨੇ ਜਾਂ ਮੁਹੱਲੇ ਨੇ ਖਰਾਬ ਕਰਤੀ ਕੋਈ ਆ ਗਿਆ ਜੀ ਤੁਹਾਡੀ ਕੁੜੀ ਹੈਗਾ ਸੀ ਹਾਂ ਹਾਂ ਅੱਛਾ ਬਾਲੀਆਂ ਜੱਤ ਪਾਵਾਂ ਤੇਰੀ ਬਾਲੀ ਇਹਨੇ ਖਰਾਬ ਕਰਤੀ ਅੱਛਾ ਫਿਰ ਜੇ ਤੇ ਉਹ ਰੂਲਸ ਮੰਨ ਲਈ ਉਹਨੇ ਚਲ ਠੀਕ ਆ ਹੈਨਾ ਜੇ ਉਹਨੇ ਨਹੀਂ ਮੰਨੇ ਕਿਉਂਕਿ ਉਹ ਹੋ ਗਈ ਰੈਬਲ ਜਿਹਨੂੰ ਆਪਾਂ ਹੁਣ ਸਮਾਂ ਨੂੰ ਫਰੀਡਮ ਫਾਈਟਰ ਕਹਿ ਲਿਆ ਕਿ ਜੀ ਨਹੀਂ ਮੈਂ ਤੇ ਇਦਾਂ ਕਰੂੰਗੀ ਵੀ ਮੈਂ ਆਪਣੇ ਆਪ ਨੂੰ ਇਹਦੇ ਚ ਖੜੇ ਹੋ ਜਾਈਏ ਕੋਈ ਗੱਲ ਨਹੀਂ ਆਪਾਂ ਖੜੇ ਹੋ ਕੇ ਗੱਲ ਕਰ ਲਾਂਗੇ ਮੈਂ ਇਹਦੇ ਵਿੱਚ ਆਪਣੇ ਆਪ ਨੂੰ ਗਲਤ ਨਹੀਂ ਸਮਝਦੀ ਹੈ ਕਰਨ ਨੂੰ ਉਹਨੂੰ ਕੰਫੀਡੈਂਸ ਹੈਗਾ ਕਿ ਵੀ ਮੈਂ ਕੁਝ ਗਲਤ ਨਹੀਂ ਕੰਮ ਕਰ ਰਹੀ ਫਿਰ ਇਮੇਜ ਬਣ ਜਾਣੀ ਆ ਉਹਦੀ ਇਦਾਂ ਦੀ ਕਿ ਐ ਤੇ ਬੀ ਕੁੜੀ ਇਦਾਂ ਹੀ ਆ ਵਿਗੜੀ ਹੋਈ ਆ ਹਾਂ ਫਿਰ ਆ ਗਿਆ ਆਪਾਂ ਰਿਸ਼ਤਿਆਂ ਤੇ ਮੁੰਡੇ ਵੀ ਕਈ ਇੰਡੀਪੈਂਡੈਂਟ ਥੋਟ ਵਾਲੇ ਉਹ ਤੋਂ ਡਰ ਕੇ ਭੱਜ ਜਾਣਗੇ ਵੀ ਇਹ ਤਾਂ ਬਾਲੀ ਉਹ ਜ਼ਿਆਦਾ ਖੁੱਲੀ ਆ ਬਾਲੀ ਖੁੱਲੀ ਆ ਬਾਲੀ ਇੰਡੀਪੈਂਡੈਂਟ ਆ ਚਾਹੇ ਆਪਣੇ ਘਰਦਿਆਂ ਦੀ ਵੀ ਨਹੀਂ ਮੰਨਦੀ ਜਾਂ ਵਟਐਵਰ ਚਾਹੇ ਉਹ ਪੜ੍ਹ ਲਿਖ ਕੇ ਕੁੜੀ ਉਹਨੂੰ ਓਪਰਚੁਨਿਟੀਜ਼ ਸੀਗੀ ਪੜ੍ਹ ਲਿਖਣ ਦੀ ਸਭ ਕੁਝ ਆ ਉਹਨੇ ਸਭ ਕੁਝ ਕਰ ਲਿਆ ਚਾਹੇ ਉਹ ਸਹੀ ਗੱਲਾਂ ਲਈ ਲੜਦੀ ਹੋਵੇ ਹਾਂਜੀ ਹਾਂਜੀ ਜ਼ਰੂਰੀ ਨਹੀਂ ਵੀ ਉਹ ਜੀਨ ਲਈ ਲੜਦੀ ਹੋਵੇ ਹਨਾ ਇਹੋ ਜਿਹੀ ਛੋਟੀ ਛੋਟੀ ਚੀਜ਼ਾਂ ਡੈਫੀਨਿਟਲੀ ਕਵਰ ਉਹ ਫਰੀਡਮ ਆਪਣੀ ਪੜ੍ਹਨ ਲਈ ਪ੍ਰੋਫੈਸ਼ਨ ਲਈ ਕਿਸੇ ਬੁਲੀ ਦੇ ਅਗੇਂਸਟ ਲੜਦੀ ਹੋਵੇ ਓ ਵਾਓ ਅੱਛਾ ਇਹ ਮੁੱਦਾ ਬਹੁਤ ਹਲੇ ਇਹਦੇ ਆਸ-ਪਾਸ ਬ੍ਰਾਂਚਸ ਬਹੁਤ ਹੈਗੀ ਪਰ ਆਪਾਂ ਹਾਂ ਆਪਾਂ ਇਹ ਫੋਕਸ ਕਰ ਰਹੇ ਇੱਕ ਪੁਆਇੰਟ ਤੇ ਹਲੇ ਕਿਉਂਕਿ ਬ੍ਰਾਂਚਸ ਦੇ ਵਿੱਚ ਹਲੇ ਕਾਲਜ ਜਾਏਗੀ ਕਾਲਜ ਤੋਂ ਰਾਤ ਨੂੰ ਆ ਰਹੀ ਹੈ ਕਿ ਫਰੀਡਮ ਹੈਗੀ ਉਹਨੂੰ ਉਸ ਦੇਸ਼ ਦੇ ਵਿੱਚ ਕੱਲੀ ਬਸ ਉਹ ਤਾਂ ਆਪਾਂ ਜਿਹੜੇ ਕੇਸ ਹੋਏ ਨੇ ਨਿਰਭਿਆ ਵਾਲੇ ਸਾਰੇ ਇੱਕ ਚੰਗੀ ਭਲੀ ਡਾਕਟਰ ਕੁੜੀ ਉਹ ਤਾਂ ਚਲੋ ਸੈਪਰੇਟ ਆ ਇਸ਼ੂ ਉੱਥੇ ਉਹੀ ਗੱਲ ਆ ਗਈ ਕਮਿਊਨਿਟੀ ਦੀ ਕਿ ਕਮਿਊਨਿਟੀ ਔਰਤ ਨੂੰ ਕਿਵੇਂ ਦੇਖਦੀ ਆ ਹੈਨਾ ਕਈ ਆਪਣੇ ਮਾਪੇ ਆਪਣੇ ਮੁੰਡਿਆਂ ਨੂੰ ਕੀ ਸਿਖਾਉਂਦੇ ਨੇ ਉਹ ਆ ਗਈ ਉੱਥੇ ਫਰੀਡਮ ਉਹਦੀ ਇੱਕ ਤਾਂ ਹੁਣ ਦੋ ਕੁੜੀਆਂ ਹੋ ਗਈਆਂ ਇੱਕ ਤਾਂ ਜਿਹੜੀ ਫਰੀਡਮ ਫਾਈਟਰ ਹੋ ਗਈ ਜਿਹੜੀ ਰੈਬਲ ਬਣ ਗਈ ਇੱਕ ਜਿਹੜੀ ਗੁਲਾਮ ਹੋ ਗਈ ਉਸ ਪੁਆਇੰਟ ਤੇ ਸੋਸ਼ਲ ਮੀਡੀਆ ਤੇ ਕੁਛ ਪਾ ਕੇ ਜਿਹਨੇ ਜਿਹਦੇ ਘਰ ਦੇ ਵੀ ਬਦਲ ਗਏ ਦੋਹਾਂ ਦੇ ਸਿਨੈਰੀਓ ਦੱਸੋ ਉੱਥੇ ਸਿਨੈਰੀਓ ਆ ਗਿਆ ਫਿਰ ਕੱਲ ਨੂੰ ਇਹ ਹੋਣਾ ਫਟਾਫਟ ਸਕੂਲ ਮੁਕਾਓ ਜਿਹੜੀ ਗੁਲਾਮ ਹੈ ਕੁੜੀ ਹਾਂ ਜਿਹੜੀ ਕੰਪਲਸਰੀ ਐਜੂਕੇਸ਼ਨ ਆ ਵਿਆਹ ਕਰੋ ਫਾਹਰ ਨਹੀਂ ਕਿ ਗੁਲਾਮੀ ਵਧਾ ਦੋ ਦੇ ਪੇਪਰ ਸਾਈਨ ਕਰ ਦੋ ਵਧਾ ਦੋ ਵੀ ਫਟਾਫਟ ਇਹਨੂੰ ਵਿਆਹ ਕਰੋ ਤੇ ਤੋਰੋ ਤੇ ਕਹੇ ਜੇ ਘਰ ਵਿਆਹ ਕਰਨਗੇ ਉਹਦਾ ਉਹਦਾ ਕਹੇ ਜੇ ਘਰ ਵਿਆਹ ਹੁੰਦਾ ਤਕਰੀਬਨ ਉਹ ਯੂਜੂਲੀ ਇਹ ਜੇ ਘਰ ਕਰੇ ਹੋਊਗਾ ਜਿੱਥੇ ਇਤੋਂ ਜ਼ਿਆਦਾ ਹਾਂ ਉਹਦੀ ਫਰੀਡਮ ਵੀ ਸੁਧਰ ਜੂਗੀ ਹਾਂ ਸੁਧਰ ਜੂਗੀ ਅੱਛਾ ਚਲੋ ਉਸ ਤੋਂ ਬਾਅਦ ਤਾਂ ਉਹਦੀ ਇੰਡੀਪੈਂਡੈਂਸ ਗਈ ਆਪਾਂ ਗੱਲ ਕਰਦੇ ਮੈਂ ਦੇਖਿਆ ਕਈ ਬਹੁਤ ਰੇਅਰ ਕੇਸਿਸ ਮੈਂ ਦੇਖਿਆ ਜੇ ਤੇ
ਕਿਸਮਤ ਵਧੀਆ ਹੋਵੇ ਜਾਂ ਫਿਰ ਮਤਲਬ ਆਪਣੀ ਉਹ ਕਈ ਵਾਰ ਜਿਹੜੇ ਏਦਾਂ ਦੇ ਸੋਚਦੇ ਨੇ ਤੇ ਉਹਨਾਂ ਦੇ ਜਦ ਵਿਆਹ ਹੁੰਦੇ ਨੇ ਗਾਹਾਂ ਐਕਚੁਅਲੀ ਮੁੰਡੇ ਵਾਲੇ ਜਿਆਦਾ ਵਧੀਆ ਨਿਕਲ ਆਉਂਦੇ ਨੇ ਉਹ ਕਹਿੰਦੇ ਨੇ ਜੋ ਚੀਜ਼ ਪਹਿਲਾਂ ਨਹੀਂ ਕਰ ਪਾਈ ਅਸੀਂ ਕਰਾਵਾਂਗੇ ਨੈਵਰ ਨੈਵਰ ਗੁੱਡ ਗੁੱਡ ਚਲੋ ਗੁੱਡ ਲੱਕ ਹੁਣ ਵੀ ਲੋਕ ਨੇ ਸੋ ਗੁਲਾਮ ਦਾ ਦੇਖ ਲਿਆ ਆਪਾਂ ਕੁੜੀ ਪਹਿਲਾਂ ਇੰਡੀਪੈਂਡੈਂਸੀ ਸੋਸਾਇਟੀ ਦੇ ਕਿਤੇ ਕਿਸੇ ਚਾਹੇ ਡਿਜੀਟਲ ਪੜਾਅ ਤੇ ਆ ਕੇ ਗੁਲਾਮ ਹੋ ਗਈ ਉਸ ਤੋਂ ਬਾਅਦ ਪਹੁੰਚ ਗਈ ਗੁਲਾਮੀ ਦੇ ਉਹਦਾ ਫਿਰ ਹੁਣ ਜ਼ਿੰਦਗੀ ਉਸ ਤੋਂ ਬਾਅਦ ਤਾਂ ਗੱਲ ਕਰਨ ਦੀ ਲੋੜ ਹੀ ਨਹੀਂ ਜੇ ਵਧੀਆ ਰਹੇਗੀ ਤਾਂ ਠੀਕ ਆ ਨਹੀਂ ਗੁਲਾਮ ਨੂੰ ਹੁਣ ਇਹ ਤੋਂ ਪਹਿਲਾਂ ਮੈਂ ਇਹ ਵੀ ਕਹਿੰਦਾ ਇਹਦੇ ਵਿੱਚ ਹੁਣ ਓਬਵੀਅਸਲੀ ਪਾਵਰਟੀ ਆਪਾਂ ਹੋਰ ਸਿਨੈਰੀਓ ਦੇਖੀਏ ਵੀ ਕਈ ਕੁੜੀਆਂ ਨੂੰ ਇਹ ਓਪਰਚੁਨਿਟੀ ਵੀ ਮਿਲਦੀ ਜੇ ਉਹਨਾਂ ਦੇ ਮਾਪੇ ਚਾਹਣ ਵੀ ਕਿਉਂਕਿ ਮੋਨਿਟਰੀ ਪੱਖੋਂ ਪਾਵਰਟੀ ਐਜੂਕੇਸ਼ਨ ਉਹ ਸੱਚ ਉਹ ਅਲੱਗ ਮਤਲਬ ਉਹ ਅਲੱਗ ਮੁੱਦਾ ਆਪਾਂ ਇਹ ਹਲੇ ਹੁਣ ਆਹੀ ਕੰਟੀਨਿਊ ਕਰ ਰਹੇ ਹਾਂ ਤੇ ਤੁਸੀਂ ਦੇਖ ਰਹੇ ਹੋ ਮੈਂ ਬੜੀ ਪੈਸ਼ਨੇਟ ਹਾਂ ਹਾਂ ਪੈਸ਼ਨੇਟ ਤੇਰੀ ਅੱਖਾਂ 'ਚ ਵੀ ਹੰਝੂ ਆ ਗਏ ਸੀ ਜਦ ਤੂੰ ਟ੍ਰੋਲਿੰਗ ਦੀ ਗੱਲ ਕੀਤੀ ਸੀ ਜੀ ਜੀ ਹੈਗੇ ਅੱਛਾ ਹੁਣ ਹੋ ਗਿਆ ਉਹਦਾ ਸਟੋਰੀ ਟੈਲਿੰਗ ਟਾਈਪ ਹੀ ਆ ਹੁਣ ਫਰੀਡਮ ਫਾਈਟਰ ਦਾ ਵਿਆਹ ਹੁਣ ਹੋ ਗਿਆ ਫਰੀਡਮ ਫਾਈਟਰ ਦਾ ਵਿਆਹ ਠੀਕ ਹੈ ਨਾ ਹੁਣ ਜੇ ਹੁਣ ਤੱਕ ਉਹ ਫਰੀਡਮ ਫਾਈਟ ਕਰ ਰਹੀ ਸੀਗੀ ਠੀਕ ਹੈ ਤੇ ਉਹਦੇ ਘਰ ਵਾਲੇ ਸਮਝ ਲਓ ਇਹਦੇ ਚ ਸਿਨੈਰੀਓ ਹੋਰ ਹੈਗਾ ਜੇ ਉਹਦੇ ਘਰ ਵਾਲੇ ਹਾਲੇ ਤੱਕ ਉਹਦੀ ਫਰੀਡਮ ਫਾਈਟ 'ਚ ਉਹਦਾ ਸਾਥ ਦੇ ਰਹੇ ਸੀ ਠੀਕ ਹੈ ਨਾ ਉਹਨਾਂ ਨੇ ਆਪਣੀ ਤਰਫੋਂ ਕੋਸ਼ਿਸ਼ ਕਰਕੇ ਮੁੰਡਾ ਜਾਂ ਘਰ ਲੱਭਿਆ ਕਿ ਹਾਂ ਵੀ ਸੇਮ ਜਿਵੇਂ ਆਪਾਂ ਕਹਿੰਦੇ ਸੇਮ ਆਈਡੀਓਲੋਜੀ ਵਾਲਾ ਗਾਹਾਂ ਜਾ ਕੇ ਜਿਹੜੀ ਕਮਿਊਨਿਟੀ 'ਚ ਉਹਦਾ ਵਿਆਹ ਹੋਊ ਫਿਰ ਚੱਕਰ ਪੈ ਗਿਆ ਜੇ ਉਹਦੇ ਸਹੁਰੇ ਠੀਕ ਨੇ ਪਰ ਉਹਦੇ ਆਲੇ ਵਾਲੇ ਰਿਸ਼ਤੇਦਾਰ ਪਰ ਭੂਆ ਚਾਚੀ ਮਾਮੀ ਕੁਛ ਨਾ ਕੁਛ ਘਰ ਭਰਨ ਵਾਲੇ ਨੇ ਜਾਂ ਫਿਰ ਕਮਿਊਨਿਟੀ ਦੇ ਵਿੱਚ ਇੱਦਾਂ ਦੇ ਨੇ ਜਾਂ ਉੱਥੇ ਜਾ ਕੇ ਸੋਸ਼ਲ ਮੀਡੀਆ ਦਾ ਚੱਕਰ ਪੈ ਗਿਆ ਕੋਈ ਸੋਸ਼ਲ ਮੀਡੀਆ ਦਾ ਚੱਕਰ ਪੈ ਗਿਆ ਉਹਦੇ ਵੀ ਬਹੁਤ ਕੇਸਿਸ ਸੇਮ ਕੇਸ ਫਿਰ ਉਹਨੂੰ ਫਿਰ ਉੱਥੇ ਲੜਨਾ ਪੈ ਸਕਦਾ ਕਿਉਂਕਿ ਉੱਥੇ ਵੀ ਜਾ ਕੇ ਹਾਂਜੀ ਚਾਹੇ ਵਿਆਹੀ ਹੋਈ ਕੁੜੀ ਹੋਏ ਚਾਹੇ ਬੱਚੇ ਵਾਲੀ ਲੇਡੀ ਹੋਏ ਸੋਸ਼ਲ ਮੀਡੀਆ ਦੇ ਵਿੱਚ ਬੁਲਿੰਗ ਇਜ਼ ਸਮਥਿੰਗ ਦੈਟ ਸੋਸ਼ਲ ਮੀਡੀਆ ਜਾਂ ਹੁਣ ਈਜ਼ੀ ਹੋ ਗਈ ਵੀ ਕਰਨਾ ਪਹਿਲਾਂ ਟੈਲੀਫੋਨ ਤੇ ਹੁੰਦੀ ਸੀ ਰਿਸ਼ਤੇਦਾਰਾਂ ਦੀ ਕਿਉਂਕਿ ਪਰਦੇ ਦੇ ਪਿੱਛੇ ਰਹਿ ਕੇ ਬਹੁਤ ਈਜ਼ੀਲੀ ਲੋਕਾਂ ਨੂੰ ਜੱਜ ਕਰਦੇ ਹਨ ਸੋ ਜੇ ਮੈਂ ਇਹਨੂੰ ਕਹਾਂ ਕੋਈ ਜਿਹੜਾ ਵੀ ਸਿਨੈਰੀਓ ਹੈ ਹੁਣ ਜਿੰਨੀ ਕੁ ਮੈਨੂੰ ਸਮਝ ਲੱਗੀ ਆ ਮੈਂ ਐਕਚੁਅਲੀ ਬੜੀ ਵਧੀਆ ਤਰੀਕੇ ਨਾਲ ਸਮਝ ਲੱਗੀ ਮੈਨੂੰ ਪਤਾ ਨਹੀਂ ਸੀ ਵੀ ਗੱਲ ਇੱਥੇ ਜਾਣੀ ਆ ਹਾਂਜੀ ਤੇ ਜਿਹੜੇ ਸਾਡੇ ਕਮੈਂਟਸ ਕਰਨਗੇ ਉਹ ਵੀ ਇਹਦੇ 'ਚ ਆਪਣੇ ਸੁਝਾਅ ਦੇ ਸਕਦੇ ਨੇ ਵੀ ਐਂਟੀ ਹੈਪੀ ਇੰਡੀਪੈਂਡੈਂਸ ਦੇ ਤੇ ਹਾਂਜੀ ਕ੍ਰਾਂਤੀ ਹੁੰਦੀ ਹੈ ਅੰਦੋਲਨ ਅੰਦੋਲਨ ਇਜ਼ ਦਾ ਰਾਈਟ ਵਰਡ ਅੰਦੋਲਨ ਹੁੰਦਾ ਵੀ ਅਸੀਂ ਸੰਘਰਸ਼ ਕਰ ਰਹੇ ਹਾਂ ਸੰਘਰਸ਼ ਸੋ ਜੇ ਕਿਹਾ ਜਾਵੇ ਹੈਪੀ ਇੰਡੀਪੈਂਡੈਂਸ ਡੇ ਤਾਂ ਜਿਹੜੇ ਪਾਸੇ ਮਰਜ਼ੀ ਹੁਣ ਤੂੰ ਲਾ ਕੇ ਦੇਖ ਲੈ ਔਰਤ ਦੇ ਲਈ ਬਹੁਤ ਘੱਟ ਔਰਤ ਇੰਡੀਆ ਦੇ ਵਿੱਚ ਹੋ ਗਈ ਜਿਹਦਾ ਇਹ ਸੰਘਰਸ਼ ਖਤਮ ਹੋ ਗਿਆ ਆਜ਼ਾਦੀ ਮਿਲ ਜਾਂਦੀ ਆ ਫਿਰ ਖੋਲੀ ਜਾਂਦੀ ਹੈ ਕਿਸੇ ਪੜਾਅ ਤੇ ਆ ਕੇ ਫਰੀਡਮ ਫਾਈਟਰ ਨੂੰ ਚੰਗਾ ਸਾਰਾ ਕੁਛ ਮਿਲ ਜੂ ਤਾਂ ਆਲੇ ਦੁਆਲੇ ਕਈ ਵਾਰੀ ਉਹ ਇਨਫਲੂਐਂਸ ਕਰ ਜਾਂਦੇ ਕਿਉਂਕਿ ਮੈਂਟਲ ਵੀਕਨੈਸ ਕਰਕੇ ਆਪਾਂ ਸੋਚਦੇ ਹਾਂ ਕਿ ਜੇ ਹੁਣ ਕਈ ਮੇਰੀ ਭੈਣਾਂ ਹੱਥ ਦੇਖ ਰਹੀਆਂ ਹੋਣਗੀਆਂ ਜਿਨ੍ਹਾਂ ਦੇ ਮਾਂ ਪਿਓ ਵੀ ਬਹੁਤ ਵਧੀਆ ਉਹਨਾਂ ਨੇ ਸਪੋਰਟ ਕੀਤਾ ਉਹਨਾਂ ਨੂੰ ਜਿਨ੍ਹਾਂ ਦੇ ਹਸਬੈਂਡ ਤੇ ਉਹਨਾਂ ਦੇ ਸਹੁਰੇ ਵੀ ਬਹੁਤ ਵਧੀਆ ਸਪੋਰਟ ਕਰਦੇ ਪਰ ਕੀ ਬਾਕੀ ਕਮਿਊਨਿਟੀ ਬਾਕੀ ਜੌਬ ਦੀ ਤਾਂ ਹਲੇ ਆਪਾਂ ਗੱਲ ਨਹੀਂ ਕੀਤੀ ਪ੍ਰੋਫੈਸ਼ਨ ਦੀ ਤਾਂ ਗੱਲ ਵੀ ਨਹੀਂ ਕੀਤੀ ਹੋਰ ਪ੍ਰੋਫੈਸ਼ਨਸ ਵਿੱਚ ਨਹੀਂ ਕੀਤੀ ਉਹ ਸਾਰੇ ਪੱਖੋਂ ਕੀ ਉਹ 100% ਸ਼ੋਰ ਨੇ ਕਿ ਕੋਈ ਉਹਨਾਂ ਨੂੰ ਜੱਜ ਨਹੀਂ ਕਰਦਾ ਹਾਂ ਪੇ ਗੈਪ ਹਨਾ ਮੁੰਡੇ ਦੇ ਲਈ ਕੰਪੈਰੀਟਿਵਲੀ ਬਹੁਤ ਈਜ਼ੀ ਆ ਜਾਂਦਾ ਕਿਉਂਕਿ ਉਹ ਤੱਕੜ ਕਹਿਲਾ ਵੀ ਮੰਨ ਲੈ ਹਨਾ ਹਾਂਜੀ ਹਾਂਜੀ ਐਬਸੋਲੂਟਲੀ ਹੁੰਦਾ ਹੀ ਹੈ ਸੋ ਕਲੋਜ਼ਿੰਗ ਕਮੈਂਟਸ ਦੇ ਵਿੱਚ ਹਾਂਜੀ ਤੇ ਤੁਸੀਂ ਹੁਣ ਹੈਪੀ ਇੰਡੀਪੈਂਡੈਂਸ ਵਿਆਹ ਦੇ ਬਾਅਦ ਦੀ ਗੱਲਾਂ ਨਹੀਂ ਕੀਤੀਆਂ ਇੰਡੀਪੈਂਡੈਂਸ ਦੀ ਉਹ ਮੈਂ ਵੀ ਫਿਰ ਕਿਸੇ ਨੂੰ ਕਰ ਲਾਂਗੇ ਉਹਦੇ ਚ ਤੇ ਆਪਣੀ ਬਹੁਤ ਉਹ ਹੈਗੇ ਕਿ ਹਾਂ ਵੀ ਉੱਥੇ ਇੰਡੀਪੈਂਡੈਂਸ ਇੰਡੀਪੈਂਡੈਂਸ ਇਸ ਐਕਚੁਅਲੀ ਇੰਡੀਪੈਂਡੈਂਸ ਕੀ ਮਤਲਬ ਹੁੰਦਾ ਨਹੀਂ ਚਲੋ ਕਰੋ ਪਿਆ ਤੋਂ ਬਾਅਦ ਦੀ ਵੀ ਗੱਲ ਕਰੋ ਅੱਛਾ ਕੁਇਕਲੀ 2 ਮਿੰਟ ਚ ਮੇਰੇ ਖਿਆਲ ਚ ਇੰਡੀਪੈਂਡੈਂਸ ਦਾ ਮਤਲਬ ਹੁੰਦਾ ਕਿ ਆਪਣੀ ਮਰਜ਼ੀ ਨਾਲ ਜੋ ਤੁਸੀਂ ਕਰਨਾ ਚਾਹੋ ਫਰੀਡਮ ਆਫ ਸਪੀਚ ਫਰੀਡਮ ਆਫ ਡੂਇੰਗ ਜੋ ਮਤਲਬ ਤੁਸੀਂ ਕਰਨਾ ਐਸ ਫਾਰ ਐਸ ਇਟਸ ਅੰਡਰ ਦ ਲੀਗਲ ਹਾਂ ਹਾਂ ਹਨਾ ਜਦੋਂ ਤੁਸੀਂ ਉਹਨੂੰ ਆਪਣੇ ਪਰਿਵਾਰ ਦੇ ਵਿੱਚ ਦੇਖਦੇ ਹੋ ਉਹਨੂੰ ਇੱਕ ਤਰ੍ਹਾਂ ਨਾਲ ਇਕੁਆਲਿਟੀ ਹੋ ਗਈ ਵੀ ਜਿਹੜੇ ਰਾਈਟਸ ਇੱਕ ਬੰਦੇ ਨੂੰ ਉਹ ਸਾਰੇ ਹੋਣੇ ਤੇ ਕੀ ਹਰ ਲੇਡੀ ਨੂੰ ਵਿਆਹ ਤੋਂ ਬਾਅਦ ਆਪਣੇ ਹਸਬੈਂਡ ਦੇ ਇਕੁਅਲ ਜਾਂ ਆਪਣੇ ਹੋਰ ਪਰਿਵਾਰ ਦੇ ਮੈਂਬਰਸ ਦੇ ਇਕੁਅਲ ਰਾਈਟਸ ਮਿਲਦੇ ਬਹੁਤ ਘੱਟ ਹੋਣਗੇ ਬਹੁਤ ਘੱਟ ਮਿਲਦੇ ਹਨਾ ਉਹ ਫਿਰ ਇਹੀ ਗੱਲ ਕਰਨੀ ਸੀ ਹੋਰ ਕਰ ਲੈ ਗੱਲ ਕਰਨੀ ਸੀ ਹਾਂਜੀ ਚਲੋ ਤੇ ਹੁਣ ਐਂਡ ਦੇ ਵਿੱਚ ਮੈਂ ਸਵਾਲ ਫਿਰ ਪੁੱਛਣਾ ਜਿਹੜਾ ਸਟਾਰਟ ਕੀਤਾ ਸੀ ਵੀ ਹੈਪੀ ਇੰਡੀਪੈਂਡੈਂਸ ਡੇ ਕਿਹਨਾਂ ਨੂੰ ਲਈ ਆ ਤੇ ਤੁਸੀਂ ਔਰਤ ਪੱਖੋਂ ਜਵਾਬ ਦਿੱਤਾ ਸੋ ਕੀ ਕਹਿਣਾ ਚਾਹੋਗੇ ਕਲੋਜ਼ਿੰਗ ਸਟੇਟਮੈਂਟਸ 30 ਸੈਕਿੰਡਸ ਭਈ ਦੇਖੋ ਮੇਰੀ ਤਰਫੋਂ ਕਲੋਜ਼ਿੰਗ ਸਟੇਟਮੈਂਟ ਇਹ ਆ ਕਿ ਫਰੀਡਮ ਫਾਈਟਰ ਬਣੋ ਆਪਣੇ ਲਈ ਹਮੇਸ਼ਾ ਕੁਛ ਨਾ ਕੁਛ ਹਿੱਸਾ ਤੇ ਉੱਤੇ ਹੀ ਰਹੂਗਾ ਰਹਿਦੇ ਦੇਣ ਕਿ ਹਾਂ ਜੀ ਤੁਸੀਂ ਉੱਥੇ ਬਿਲਕੁਲ ਦਲ ਦਲ ਦੇ ਵਿੱਚ ਜਿਵੇਂ ਹੈ ਕਿ ਤੁਸੀਂ ਆਪਣੇ ਆਪ ਨੂੰ ਹੌਲੀ ਹੌਲੀ ਬਾਹਰ ਨਿਕਲੋ ਹਾਂ ਹੌਲੀ ਹੌਲੀ ਬਾਹਰ ਆਪਣੇ ਆਪ ਨੂੰ ਬਿਲਕੁਲ ਆਪਣੀ ਪੋਜੀਸ਼ਨ ਨਾ ਛੱਡੋ ਤੇ ਜ਼ਿਆਦਾ ਮਤਲਬ ਕਿਸੇ ਹੋਰ ਨੂੰ ਆਪਣੇ ਆਪ ਤੇ ਇਨਫਲੂਐਂਸ ਨਾ ਹੋਣ ਦਿਓ ਜੇ ਤੁਹਾਨੂੰ ਲੱਗਦਾ ਤੁਹਾਡੇ ਦਿਲ ਦੇ ਵਿੱਚ ਕਿ ਤੁਸੀਂ ਸਹੀ ਕਰ ਰਹੇ ਹੋ ਤੇ ਤੁਸੀਂ ਸਹੀ ਕਰ ਰਹੇ ਹੋ ਪਰ ਇੱਕ ਕਨਸਟੈਂਟ ਸਟਰਗਲ ਹੈ ਇੱਕ ਔਰਤ ਲਈ ਇੰਡੀਆ ਦੇ ਹਾਂਜੀ ਓਕੇ ਇੱਕ ਮੈਂ ਸਵਾਲ ਸੌਰੀ ਥੋੜਾ ਜਿਹਾ ਪਰ ਇਹਦੇ ਵਿੱਚ ਮੈਂ ਐਡ ਕਰੂੰਗੀ ਕਿ ਆਪਾਂ ਔਰਤ ਨੂੰ ਤੇ ਹਮੇਸ਼ਾ ਕਹਿ ਦਿੰਦੇ ਆ ਕਿ ਹਾਂ ਤੂੰ ਸਟਰਗਲ ਆਪਾਂ
ਦੂਜੇ ਸੈਕਸ ਨੂੰ ਖਬਰੇ ਐ ਨਹੀਂ ਦੱਸਦੇ ਕਿ ਇਹ ਤੁਸੀਂ ਵੀ ਆਪਣੀ ਸੋਚ ਰੱਖੋ ਆਪਣੀ ਬਦਲੋ ਅਸੀਂ ਉਹੀ ਕਹਿੰਦੇ ਸੰਘਰਸ਼ ਦੇ ਅੰਦੋਲਨ ਦੇ ਵਿੱਚ ਆਪਣੇ ਹਮਸਫ਼ਰ ਮੁੰਡੇ ਫਾਦਰਸ ਸ਼ਾਮਿਲ ਕਰੋ ਤੇ ਹੋ ਵੀ ਰਹੇ ਨੇ ਹੁਣ ਜਾਗਰੂਕਤਾ ਆ ਰਹੀ ਹੈ ਲਾਸਟ ਬਟ ਨਾਟ ਲੀਸਟ ਕੁਐਸਚਨ ਵੀ ਇਹ ਔਰਤ ਜਿਹੜੀ ਸੀਗੀ ਫਰੀਡਮ ਫਾਈਟਰ ਜੀ ਉਹ ਬਾਹਰ ਆ ਜਾਂਦੀ ਹੈ ਬਾਹਰਲੇ ਮੁਲਕ ਜਿਵੇਂ ਇੱਥੇ ਆ ਕੇ ਉੱਥੇ ਆ ਕੇ ਉਹ ਆਜ਼ਾਦ ਹੁੰਦੀ ਹੈ ਕਿ ਉੱਥੇ ਆ ਕੇ ਵੀ ਜਿਹੜੇ ਆਪਣੇ ਪੁਰਾਣੇ ਇੰਡੀਅਨਸ ਨੇ ਉਹਨੂੰ ਟੱਕਰ ਜਾਂਦੇ ਨੇ ਸੋਸ਼ਲ ਮੀਡੀਆ ਕਰਕੇ ਉਹ ਇੰਡੀਆ ਫੋਲੋ ਕਰਦਾ ਹਾਂਜੀ ਇੰਡੀਆ ਫੋਲੋ ਕਰਦਾ ਹੈ ਔਰ ਮਤਲਬ ਬਾਹਰ ਆ ਕੇ ਬਹੁਤ ਮਤਲਬ ਫਰਕ ਇਹ ਨਹੀਂ ਹੈਗਾ ਕਿ ਫਰਕ ਇੰਡੀਆ 'ਚ ਵੀ ਨਹੀਂ ਹੈਗਾ ਇੰਡੀਆ 'ਚ ਵੀ ਫਰਕ ਹੈਗਾ ਪਰ ਜਿਹੜੀ ਚੀਜ਼ ਇੰਡੀਆ 'ਚ ਹੁੰਦੀ ਆ ਉਹੀ ਲੇਡੀਜ਼ ਨਾਲ ਬਾਹਰ ਵੀ ਹੁੰਦੀ ਕਿਉਂਕਿ ਬੰਦੇ ਸੋਚ ਨਾਲ ਲੈ ਆਉਂਦੇ ਨੇ ਆਪਣੀ ਨਾਲ ਸੋਚ ਆ ਜਾਂਦੀ ਆ ਇੰਡੀਆ ਦੀ ਸੋਚ ਹੈ ਮਤਲਬ ਜੱਜ ਕਰਨ ਵਾਲੀ ਸਾਰਾ ਕੁਝ ਵਰਚੁਅਲ ਵਰਲਡ ਤੇ ਉੱਥੇ ਵੀ ਹੈਗਾ ਆ ਉਹ ਵੀ ਇੱਥੇ ਵੀ ਤੁਸੀਂ ਨਹੀਂ ਰਹਿ ਰਹੇ ਇਕੱਠੇ ਨਹੀਂ ਲੈ ਰਹੇ ਲੱਗ ਰਹੇ ਨੇ ਹਾਂਜੀ ਇੱਥੇ ਵੀ ਫਾਈਨੈਂਸ਼ੀਅਲ ਇਨਇਕੁਆਲਿਟੀ ਆ ਜਾਂਦੀ ਆ ਬਹੁਤ ਚੀਜ਼ਾਂ ਹੁੰਦੀਆਂ ਨੇ ਸੋ ਸਿਰਫ ਹੈਪੀ ਇੰਡੀਪੈਂਡੈਂਸ ਇੰਡੀਆ ਦੀ ਇੰਡੀਆ ਦੇ ਵਿੱਚ ਨਹੀਂ ਬਾਹਰ ਵੀ ਕੁਐਸਚਨੇਬਲ ਹੈ ਔਰਤ ਦੇ ਲਈ ਸੰਘਰਸ਼ ਔਰਤ ਲਈ ਸੰਘਰਸ਼ ਓਕੇ ਥੈਂਕ ਯੂ ਸੋ ਮਚ ਤੁਹਾਡੇ ਵਿਚਾਰਾਂ ਲਈ ਤੇ ਤੁਸੀਂ ਚੁੱਪ ਰਹੇ ਜੀ ਥੈਂਕ ਯੂ ਸੋ ਮਚ ਤੇ ਗੋਡ ਬਲੈਸ ਯੂ ਆਲ ਚੰਗਾ ਗੋਡ ਬਲੈਸ ਯੂ ਥੈਂਕ ਯੂ ਥੈਂਕ ਯੂ